ਪ੍ਰਦੇਸ਼ ਵਿੱਚ ਬੈਠੀਆਂ ਪ੍ਰੋਗਰਾਮ ਏਕ ਨੂਰ ਦੇ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਗੁਰਪ੍ਰੀਤ ਸਿੰਘ ਵੱਲੋਂ ਜੀ ਆਇਆਂ ਨੂੰ। ਅੱਜ ਅਸੀਂ ਇੱਕ ਖਾਸ ਇਸ਼ੂ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਸਾਡੇ ਨਾਲ ਬਹੁਤ ਹੀ ਇੱਕ ਖਾਸ ਮਹਿਮਾਨ ਨੇ। ਪੰਜਾਬ ਦਾ ਉਹ ਚਿਹਰਾ ਜਿਹਨੂੰ ਕਿ ਪੰਜਾਬ ਸਰਕਾਰ ਇੱਕ ਸਿੱਖ ਚੌਰੇ ਦੇ ਤੌਰ ਦੇ ਉੱਤੇ ਪੇਸ਼ ਕਰ ਰਹੀ ਹੈ। ਸਾਡੇ ਨਾਲ ਸਰਦਾਰ ਤ੍ਰਿਪਤ ਜਿੰਦਰ ਸਿੰਘ ਬਾਜਵਾ ਸਾਹਿਬ ਮੌਜੂਦ ਨੇ, ਸੀਨੀਅਰ ਕੈਬਨਿਟ ਮੰਤਰੀ ਨੇ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਦੇ ਉਚੇਰੀ ਸਿੱਖਿਆ। ਸੋ ਪੰਜਾਬ ਦੀਆਂ ਜੜ੍ਹਾਂ ਦੇ ਨਾਲ ਜੁੜੇ ਹੋਏ ਇਹ ਸਾਰੇ ਮਹਿਕਮੇ ਜਿਹੜੇ ਇਹ ਦੇਖਦੇ ਪਏ ਨੇ, ਪਰ ਸਾਡਾ ਜਿਹੜਾ ਅੱਜ ਧਿਆਨ ਹੋਏਗਾ ਉਹ ਉਸ ਇਸ਼ੂ ਦੇ ਉੱਪਰ ਹੈ ਜਿਹੜਾ ਕਿ ਸਾਡੇ ਸਾਰੇ ਸਿੱਖ ਜਗਤ ਨੂੰ ਪ੍ਰਭਾਵਿਤ ਕਰ ਰਿਹਾ, ਜੋ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੀਰਤਨ ਦੇ ਪ੍ਰਸਾਰਣ ਦੇ ਪ੍ਰਥਾਏ ਜੋ ਗੱਲ ਚੱਲਦੀ ਪਈ, ਕਿਉਂਕਿ ਸਿਰਫ ਇੱਕ ਚੈਨਲ ਨੂੰ ਹੀ ਉਹਦਾ ਅਖਤਿਆਰ ਪਿਛਲੇ ਲੰਬੇ ਅਰਸੇ ਤੋਂ ਦਿੱਤਾ ਗਿਆ, ਬਹੁਤ ਸਾਰੇ ਹੋਰ ਚੈਨਲ ਜਿਹੜੇ ਉਹ ਸੇਵਾ ਕਰਨਾ ਚਾਹੁੰਦੇ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ। ਇਹ ਇਸ਼ੂ ਜਿਹੜਾ ਬੜੇ ਵੱਡੇ ਪੱਧਰ ਦੇ ਉੱਤੇ ਸਰਦਾਰ ਤ੍ਰਿਪਤਿੰਦਰ ਸਿੰਘ ਬਾਜਵਾ ਇਹਨਾਂ ਨੇ ਉਠਾਇਆ ਸੀ। ਸੋ ਬਾਜਵਾ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਫਤਿਹ ਅਰਜ਼ ਕਰਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਜਿਹੜਾ ਇਸ਼ੂ ਸ਼੍ਰੀ ਦਰਬਾਰ ਸਾਹਿਬ ਦੇ ਕੀਰਤਨ ਦਾ, ਇਹ ਤੁਹਾਡੇ ਮਨ 'ਚ ਕਿਵੇਂ ਇਹ ਵਿਚਾਰ ਆਈ ਕਿ ਇਹਨੂੰ ਹੁਣ ਪ੍ਰੋਜੈਕਟ ਕਰਨਾ ਚਾਹੀਦਾ ਸਾਢੇ 500 ਸਾਲਾਂ ਦੇ ਮੌਕੇ 'ਤੇ? ਦੇਖੋ, ਇੱਕ ਸਿੱਖ ਹੁੰਦੇ ਦੇ ਨਾਤੇ, ਇੱਕ ਪੰਜਾਬੀ ਹੋਣ ਦੇ ਨਾਤੇ, ਬਾਣੀ 'ਚ ਅਟੁੱਟ ਵਿਸ਼ਵਾਸ ਹੈ ਅਤੇ ਉਸ ਵਿਸ਼ਵਾਸ ਨੂੰ ਦੇਖਦੇ ਹੋਇਆਂ ਬਾਣੀ ਇੱਕ ਜਗ ਮੇਂ ਚਾਨਣ ਮਨਾਰਾ, ਅਤੇ ਉਹ ਜਿਹੜਾ ਚਾਨਣ ਹੈ ਮੇਰੀ ਸੋਚ ਮੁਤਾਬਕ ਹਰ ਘਰ 'ਚ ਦੁਨੀਆ ਦੇ ਹਰ ਨੁੱਕਰ 'ਚ ਪਹੁੰਚਣਾ ਚਾਹੀਦਾ, ਜਿਹੜਾ ਨਹੀਂ ਪਹੁੰਚ ਰਿਹਾ ਜੀ, ਕਿਉਂਕਿ ਇੱਕੋ ਹੀ ਚੈਨਲ ਨੂੰ ਉਹਦੇ ਅਧਿਕਾਰ ਦਿੱਤੇ ਗਏ ਜੀ। ਮੇਰੀ ਸੋਚ ਮੁਤਾਬਕ ਇਹ ਗਲਤ ਆ। ਕੋਈ ਵੀ ਸ਼ਖਸ ਜਿਹੜਾ ਆਣ ਕੇ ਕਹਿੰਦਾ ਮੈਂ ਸੇਵਾ ਕਰਨੀ ਚਾਹੁੰਦਾ, ਮੈਂ ਇਹ ਚੈਨਲ ਮੈਨੂੰ ਦੱਸਿਆ ਜੇ ਮੈਂ ਮੰਗਣਾ ਵਾ, ਮੈਂ ਬਾਣੀ ਘਰ ਘਰ ਪਹੁੰਚਾਉਣਾ ਚਾਹੁੰਦਾ, ਦੋ ਮੰਗਣ, ਦਸ ਮੰਗਣ, ਪੰਜ ਮੰਗਣ, ਮੇਰੀ ਸੋਚ ਮੁਤਾਬਕ ਉਹਨਾਂ ਨੂੰ ਇਹ ਅਧਿਕਾਰ ਦੇਣਾ ਚਾਹੀਦਾ ਵਾ, ਤਾਂ ਜੋ ਦੁਨੀਆ ਦੇ ਹਰ ਕੋਨੇ ਦੇ ਵਿੱਚ ਸਾਡੀ ਬਾਣੀ ਪਹੁੰਚੇ, ਬਾਣੀ ਨੂੰ ਲੋਕ ਸੁਣਨ, ਬਾਣੀ ਨੂੰ ਸਮਝਣ, ਅਤੇ ਜੋ ਸਾਡੇ ਗੁਰੂ ਸਾਹਿਬਾਨ ਸਾਨੂੰ ਜ਼ਿੰਦਗੀ ਦਾ ਰਾਹ ਦੱਸ ਗਏ ਨੇ, ਜੋ ਜ਼ਿੰਦਗੀ ਦਾ ਫਲਸਫਾ ਦੱਸ ਗਏ ਨੇ। ਬਿਲਕੁਲ, ਇੱਕ ਗੱਲ ਸੰਗਤ ਜੀ ਦੇ ਵਿੱਚ ਇਹ ਵੀ ਜਿਹੜੇ ਨੁਕਤੇ ਤੋਂ ਬਾਜਵਾ ਸਾਹਿਬ ਸਾਡੇ ਨੇ ਗੱਲ ਕਰਦੇ ਪਏ ਨੇ, ਸੇਵਾ ਦਾ ਨੁਕਤਾ ਹੈ ਅਸਲ ਦੇ ਵਿੱਚ। ਅਸੀਂ ਸੇਵਾ ਕਰਨਾ ਚਾਹੁੰਦੇ ਹਾਂ, ਜਿਹੜਾ ਚੈਨਲ ਇਸ ਵੇਲੇ ਟੈਲੀਕਾਸਟ ਕਰ ਰਿਹਾ ਉਹਨਾਂ ਦੇ ਜਿਹੜੇ ਡਾਇਰੈਕਟਰ ਨੇ ਉਹਨਾਂ ਦਾ ਵੀ ਇਹੀ ਕਹਿਣਾ, ਅਸੀਂ ਸੇਵਾ ਕਰਨਾ ਚਾਹੁੰਦੇ ਹਾਂ, ਪਰ ਜੇ ਤੁਸੀਂ ਸੇਵਾ ਕਰ ਰਹੇ ਹੋ ਤਾਂ ਫਿਰ ਦੂਸਰੇ ਨੂੰ ਵੀ ਸੇਵਾ ਦਾ ਮੌਕਾ ਦਿਓ ਨਾ। ਗੁਰਪ੍ਰੀਤ ਜੀ, ਸੇਵਾ ਦੇ ਵਿੱਚ ਤਾਂ ਇਵੇਂ ਦਾ ਕੋਈ ਪੱਖਪਾਤ ਨਹੀਂ ਹੁੰਦਾ ਨਾ, ਸੇਵਾ 'ਚ ਉਹ ਵਪਾਰ ਕਰਦੇ ਨੇ ਪਏ, ਸੇਵਾ ਦਾ ਤਾਂ ਨਾਮ ਹੈ, ਸੇਵਾ ਦਾ ਤਾਂ ਮੁਖੜਾ ਚਾੜਿਆ ਸਿਰ ਮੂੰਹ 'ਤੇ, ਪਰ ਸੇਵਾ ਨਹੀਂ। ਬਾਦਲ ਪਰਿਵਾਰ ਇਸ ਬਾਣੀ ਨੂੰ ਇੱਕ ਵਸਤੂ ਸਮਝ ਕੇ ਉਹ ਵਪਾਰ ਕਰਦਾ ਪਿਆ, ਬਾਣੀ ਇੱਕ ਵਪਾਰ ਕਰਨ ਦਾ ਤਰੀਕਾ ਨਹੀਂ ਹੋਣਾ ਚਾਹੀਦਾ। ਇਹ ਬਦਕਿਸਮਤੀ ਆ ਕਿ ਇਹ ਬਾਣੀ ਨੂੰ ਵਰਤ ਕੇ ਆਪਣੀ ਪੋਲੀਟਿਕਸ ਵੀ, ਪਰਿਵਾਰ ਦੀ ਪੋਲੀਟਿਕਸ ਵੀ, ਆਪਣਾ ਵਪਾਰ ਵੀ ਚਲਾ ਰਿਹਾ। ਜੇ ਬਾਣੀ ਗੁਰਪ੍ਰੀਤ ਜੀ ਨਾ ਪੀ ਟੀ ਸੀ ਤੋਂ ਚੱਲਦੀ ਹੋਏ ਤਾਂ ਸ਼ਾਇਦ ਪੀ ਟੀ ਸੀ ਨੂੰ ਕੋਈ ਵੇਖਣ ਵਾਲਾ ਨਾ ਹੋਏ। ਬਿਲਕੁਲ, ਬਾਕੀ ਸਾਰਾ ਦਿਨ ਤਾਂ ਬਾਕੀ ਹੋਰ ਦੂਸਰੇ ਪ੍ਰੋਗਰਾਮ ਚੱਲਦੇ ਆ, ਉਹ ਪ੍ਰੋਗਰਾਮ ਚੱਲਦੇ, ਸਿਰਫ ਇਹਦਾ ਆਸਰਾ ਲੈ ਕੇ ਜੇ ਬਾਣੀ ਦਾ ਆਸਰਾ ਇਹ ਇਕੱਲਾ ਚੈਨਲ ਕਿਉਂ ਲਵੇ? ਬਾਣੀ ਖੁੱਲ੍ਹੀ ਹੋਣੀ ਚਾਹੀਦੀ, ਖੁੱਲ੍ਹੀ ਡੁੱਲੀ ਹੋਣੀ ਚਾਹੀਦੀ, ਜਿਹੜਾ ਮਰਜ਼ੀ ਸੇਵਾ ਕਰੇ ਵਿਖਾਵੇ,
ਇਹ ਗਲਤ ਹੈ, ਮੇਰੀ ਸੋਚ ਮੁਤਾਬਕ ਇਹ ਗਲਤ ਚੀਜ਼ ਹੈ। ਤੇ ਜਿਹੜਾ 550 ਸਾਲਾਂ ਦੇ ਮੌਕੇ ਵਿਸ਼ੇਸ਼ ਸੈਸ਼ਨ ਜਿਹੜਾ ਬੁਲਾਇਆ ਗਿਆ ਸੀ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਉਹਦੇ ਵਿੱਚ ਵੀ ਤੁਸੀਂ ਇਸ ਚੀਜ਼ ਨੂੰ ਪ੍ਰੋਜੈਕਟ ਕੀਤਾ ਸੀ, ਥੋੜ੍ਹਾ ਜਿਹਾ ਉਹਦੇ ਬਾਰੇ ਜਾਣਕਾਰੀ ਸੰਗਤਾਂ ਦੇ ਨਾਲ। ਦੇਖੋ, ਜਦੋਂ 550 ਸਾਲਾਂ ਦਾ ਅਸੈਂਬਲੀ ਸੈਸ਼ਨ ਬੁਲਾਇਆ ਗਿਆ, ਉਹਦੇ ਵਿੱਚ ਮੈਂ ਰੈਜੋਲਿਊਸ਼ਨ ਪੇਸ਼ ਕੀਤਾ ਸੀ, ਦੋ ਰੈਜੋਲਿਊਸ਼ਨ ਪੇਸ਼ ਕੀਤੇ ਸੀ। ਇੱਕ ਤਾਂ ਵੀ ਇਹ ਦੇਖੋ ਪੰਜਾਬ ਜਿਹੜਾ ਵਾ ਉਹ ਪੰਜਾਬੀਆਂ ਦਾ ਗੁਰੂ ਘਰ ਨਾਲ ਜੁੜਿਆ ਵਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਜਿਹੜੀ ਪੰਜਾਬ ਅਸੈਂਬਲੀ ਹੈ ਉਹਨੂੰ ਤੁਸੀਂ ਆਰਡਨਰੀ ਅਸੈਂਬਲੀ ਨਹੀਂ ਕਹਿ ਸਕਦੇ। ਉਹ ਗੁਰੂਆਂ ਦੇ ਨਾਂ ਦੇ ਜੁੜੀ ਬਾਣੀ ਨੂੰ ਸਮਝਦੇ ਹੋਇਆ ਅਸੀਂ ਰੈਜੋਲਿਊਸ਼ਨ ਪੇਸ਼ ਕੀਤਾ ਵੀ ਇਹ ਚੈਨਲ ਜਿਹੜਾ ਗੁਰੂ ਦੀ ਬਾਣੀ ਹੈ ਇਹਨੂੰ ਹਰ ਇੱਕ ਨੂੰ ਅਧਿਕਾਰ ਹੋਣਾ ਚਾਹੀਦਾ ਰਿਲੇ ਕਰਨ ਦਾ। ਅਸੈਂਬਲੀ 'ਚ ਯੂਨਾਨੀਮਸ ਰੈਜੋਲਿਊਸ਼ਨ ਪਾਸ ਆ। ਇੱਥੋਂ ਤੱਕ ਗੁਰਪ੍ਰੀਤ ਜੀ ਜਿਹੜਾ ਅਕਾਲੀ MLA ਸੀ ਉਹਨਾਂ ਨੇ ਵੀ ਹੱਥ ਖੜੇ ਕੀਤੇ ਵੀ ਹੋਣਾ ਚਾਹੀਦਾ। ਸਾਰੇ ਮੰਨਿਆ। ਹਾਂਜੀ, ਅੱਜ ਸਿੰਘ ਸਾਹਿਬ ਦਾ ਥੋੜ੍ਹਾ ਜਿਹਾ ਇਤਰਾਜ਼ ਹੈ ਵੀ ਜੀ ਗਵਰਨਮੈਂਟ ਨੂੰ ਨਾ ਕਮਾਈ ਦਖਲ ਨਹੀਂ ਦੇਣਾ ਚਾਹੀਦਾ। ਗਵਰਨਮੈਂਟ ਨਹੀਂ ਸੀ, ਇਹ ਪੰਜਾਬ ਦੀ ਆਵਾਜ਼ ਸੀ, ਪੰਜਾਬੀਆਂ ਦੀ ਆਵਾਜ਼ ਸੀ, ਪੰਜਾਬੀਆਂ ਦੇ ਮਨ ਦੀ ਆਵਾਜ਼ ਸੀ ਕਿ ਬਾਣੀ ਨੂੰ ਇੱਕ ਵਸਤੂ ਸਮਝ ਕੇ ਇੱਕ ਪਰਿਵਾਰ ਆਪਣਾ ਵਪਾਰ ਇੱਕ ਵਪਾਰ ਨਾ ਚਲਾਵੇ, ਆਪਣੀ ਸਿਆਸਤ ਨਾ ਚਲਾਵੇ। ਸੋ ਇੱਕ ਬਾਜਵਾ ਸਾਹਿਬ, ਅਕਸਰ ਕਾਂਗਰਸ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਪੰਜਾਬ ਦੇ ਲੋਕਾਂ ਨੇ ਬਹੁਮਤ ਦਿੱਤਾ, ਕਾਂਗਰਸ ਪਾਰਟੀ ਦਾ ਜਿਹੜਾ ਚਿਹਰਾ ਕਿਹਾ ਜਾਂਦਾ ਹੈ ਕਿ ਧਰਮ ਨਿਰਪੱਖ ਹੈ। ਸੋ ਇਹ ਇਸ ਚੀਜ਼ ਨੂੰ ਲੈ ਕੇ ਵੀ ਕਈ ਵਾਰੀ ਇਹ ਗੱਲ ਲੋਕਾਂ ਦੇ ਵਿੱਚ ਆਉਂਦੀ ਹੈ ਜਾਂ ਧਾਰਮਿਕ ਖੇਤਰ ਦੇ ਵਿੱਚ ਇਹ ਗੱਲ ਉੱਭਰਦੀ ਹੈ, ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਉਦੋਂ ਕਿਹਾ ਜਾਂਦਾ ਕਿ ਸਰਕਾਰ ਇੰਟਰਫੇਅਰ ਨਾ ਕਰੇ, ਜਦੋਂ ਅਕਾਲੀਆਂ ਦੀ ਸਰਕਾਰ ਹੁੰਦੀ ਉਦੋਂ ਸਰਕਾਰ ਸਾਰਾ ਕੁਝ। ਸਰਕਾਰ ਨੇ ਇੰਟਰਫੇਅਰ ਕੀਤਾ ਨਹੀਂ ਜੀ, ਕਾਂਗਰਸ ਸਰਕਾਰ ਨੇ ਇੰਟਰਫੇਅਰ ਬਿਲਕੁਲ ਨਹੀਂ ਕੀਤਾ ਜੀ। ਇੱਕ ਸਿੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ MLA ਨੇ ਆਪਣੇ ਸੈਂਟੀਮੈਂਟਸ ਭੇਜੇ SCPC ਨੂੰ, ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਵੀ ਇਹ ਬਾਣੀ ਨੂੰ ਆਜ਼ਾਦ ਕਰੋ ਜੀ, ਇੱਕ ਪਰਿਵਾਰ ਦਾ ਅਤੇ ਮੁੱਠੀ 'ਚ ਨਾ ਬੰਦ ਰਹੇ। ਹੁਣ ਇਹ ਕਹਿੰਦੇ ਨੇ ਜੀ ਵੀ ਟੋਹਰਾ ਸਾਹਿਬ ਸਾਨੂੰ ਅਧਿਕਾਰ ਦੇ ਗਏ ਸਰ, ਇਹ ਵੀ ਗਲਤ ਹੈ, ਝੂਠ ਬੋਲਦੇ ਨੇ। ਟੋਹਰਾ ਸਾਹਿਬ ਨੂੰ ਉਦੋਂ ਪ੍ਰਧਾਨਗੀ ਤੋਂ ਲਾਹਤਾ ਸੀ, ਬੀਬੀ ਜਗੀਰ ਕੌਰ ਨੇ ਇਹਨਾਂ ਦਾ ਅਧਿਕਾਰ ਦਿੱਤਾ। ਅਤੇ ਹੋਰ ਬਦਕਿਸਮਤ ਦੀ ਗੱਲ ਹੈ ਗੁਰਪ੍ਰੀਤ ਜੀ, ਜਿੰਨੀਆਂ ਵੀ SCPC ਦੀਆਂ ਇਲੈਕਸ਼ਨਾਂ ਹੋਈਆਂ ਉਹਦੇ 'ਚ ਮੈਨੀਫੈਸਟੋ 'ਚ ਲਿਖਦੇ ਰਹੇ ਅਸੀਂ ਆਪਣਾ ਸਿਸਟਮ ਬਣਾਵਾਂਗੇ ਉਹਦੇ ਰਾਹੀਂ ਇਹ ਬਾਣੀ ਰਿਲੇ ਕਰਾਂਗੇ, ਪਰ ਅੱਜ ਤੱਕ ਉਸ ਪਰਿਵਾਰ ਨੇ ਆਪਣਾ ਸਿਸਟਮ ਨਹੀਂ ਬਣ ਦਿੱਤਾ ਅਤੇ ਬਾਣੀ ਉਹਨਾਂ ਦੇ ਇਕੱਲੇ ਪਰਿਵਾਰ ਦੇ ਭਲੇ ਵਾਸਤੇ ਵਰਤੀ ਜਾਂਦੀ ਹੈ ਜਿੱਥੋਂ ਉਹ ਕਮਾਈ ਕਰ ਰਹੇ ਨੇ, ਜਿੱਥੋਂ ਸਿਆਸਤ ਚਲਾ ਰਹੇ ਨੇ। ਸੋ ਇਹ ਇੱਕ ਬੜਾ ਸੈਂਸਿਟਿਵ ਅਤੇ ਧਾਰਮਿਕ ਇਸ਼ੂ ਜਿਹੜਾ ਸਾਡੇ ਸਾਹਮਣੇ ਹੈ, ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ ਉਹ ਪਾਵਨ ਪਵਿੱਤਰ ਸਥਾਨ ਹੈ ਜਿਸ ਦੇ ਨਾਲ ਹਰ ਸਿੱਖ ਰੂਹ ਦੇ ਕਰਕੇ ਜੁੜਿਆ, ਚਾਹੇ ਦੋ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠਾ ਹੋਇਆ, ਉਹਦਾ ਐਵੇਂ ਆਪਾਂ ਕਹਿ ਲਈਏ ਉਹਦਾ ਦਿਲ ਜਿਹੜਾ ਹਰਿਮੰਦਰ ਸਾਹਿਬ ਹੀ ਵੱਸਦਾ। ਸੋ ਉੱਥੋਂ ਦੀ ਨਿਕਲੀ ਹੋਈ ਹਰ ਆਵਾਜ਼ ਜਿਹੜੀ ਹੈ, ਹਰ ਸਿੱਖ ਹਰ ਗੁਰਸਿੱਖ ਜਿਹੜਾ ਉਹਨੂੰ ਆਪਣੇ ਵਾਸਤੇ ਇੱਕ ਦਰਗਾਹੀ ਹੁਕਮ ਮੰਨਦਾ। ਅਤੇ ਪਿੱਛੇ ਜਿਹੜਾ ਇਸ਼ੂ ਖੜ੍ਹਾ ਹੋਇਆ ਸੀ ਕਿ ਸ਼੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੇ ਉੱਤੇ ਵੀ ਉਸ ਚੈਨਲ ਨੇ ਬਿਲਕੁਲ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਤੋਂ ਬਾਅਦ ਫਿਰ ਉਹਨਾਂ ਨੂੰ ਬੈਕਫੁੱਟ ਤੇ ਵੀ ਜਾਣਾ ਪਿਆ ਉਹਦੇ ਵਿੱਚੋਂ। ਮੈਂ ਉਦੋਂ ਵੀ ਆਵਾਜ਼ ਉਠਾਈ ਸੀ ਜੀ, ਮੈਂ ਅਖਬਾਰ 'ਚ ਆਖਿਆ ਸੀ ਵੀ ਇਹ ਬਾਣੀ ਦੇ ਉੱਤੇ ਕਿਸੇ ਦਾ ਹੱਕ ਨਹੀਂ ਹੋ ਸਕਦਾ, ਇਕੱਲੀ ਸੰਸਥਾ ਦਾ ਹੱਕ ਨਹੀਂ ਹੋ ਸਕਦਾ ਜੀ, ਇਹ ਕੋਈ ਗਲਤ ਹੈ। ਫਿਰ ਉਹ ਬੈਕਫੁੱਟ 'ਤੇ ਗਏ,
ਫਿਰ ਕੱਲ੍ਹ ਤਾਂ ਜਥੇਦਾਰ ਸਾਹਿਬ ਨੇ ਉਹਨਾਂ ਨੂੰ ਸੱਦਿਆ, ਫਿਰ ਉਹ ਜਾ ਕੇ ਇਸ ਗੱਲ ਨੂੰ ਮੰਨੇ, ਨਹੀਂ ਜੀ ਸਾਡਾ ਹੱਕ ਨਹੀਂ ਹੈਗਾ, ਇਹ ਗਲਤ ਹੋ ਰਿਹਾ। ਇਹਦੇ ਵਾਸਤੇ ਬਾਜਵਾ ਸਾਹਿਬ, ਤੁਸੀਂ ਹੁਣ ਜਿਵੇਂ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਜਦੋਂ 550 ਸਾਲਾਂ ਵਾਲਾ ਉਹ ਸੈਸ਼ਨ ਹੋਇਆ ਸੀ, ਉਦੋਂ ਵੀ ਤੁਸੀਂ ਆਪਣੇ ਵੱਲੋਂ ਭੇਜਿਆ ਸੀ ਸਾਰੀ, ਉਹਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਭੇਜੇ? ਮੈਂ ਜਿਹੜਾ ਰੈਜ਼ੋਲੂਸ਼ਨ ਪੇਸ਼ ਕੀਤਾ ਸੀ ਉਹਦੀ ਪਾਸ ਹੋਏ ਦੀ ਕਾਪੀ, ਅਤੇ ਅਕਾਲ ਸਾਹਿਬ ਦਾ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਇਸ ਦੇ ਬਾਰੇ ਸੋਚੋ, ਪੰਜਾਬੀਆਂ ਦੀ ਆਵਾਜ਼ ਹੈ ਤੁਹਾਡੇ ਤੱਕ ਪਹੁੰਚੀ, ਇਹ ਅਸੈਂਬਲੀ ਦਾ ਨਾ ਸੋਚੋ ਤੁਸੀਂ, ਯੂਨਾਨੀਮਸ ਰੈਜ਼ੋਲੂਸ਼ਨ ਆ ਜੀ, ਇਹ 'ਤੇ ਤੁਸੀਂ ਥੋੜ੍ਹਾ ਜਿਹਾ ਸੀਰੀਅਸਲੀ ਵਿਚਾਰ ਕਰੋ। ਫਿਰ ਮੁੜ ਕੇ ਅਕਾਲ ਤਖ਼ਤ ਜਥੇਦਾਰ ਸਾਹਿਬ ਨੇ 2 ਮਹੀਨੇ ਕੁਛ ਨਹੀਂ ਕੀਤਾ, ਹੁਣ ਮੈਂ ਨਾਲ SGPC ਦੇ 5 ਮੈਂਬਰ ਲੈ ਕੇ ਫਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਹਾਜ਼ਰੀ 'ਚ ਪੇਸ਼ ਹੋਇਆ, ਫਿਰ ਉਹਨਾਂ ਨੂੰ ਹੱਥ ਜੋੜ ਬੇਨਤੀ ਕੀਤੀ ਆ ਭਾਈ ਜਥੇਦਾਰ ਸਾਹਿਬ, ਇਹ ਸਮਾਂ ਹੈ, ਤੁਹਾਨੂੰ ਕੋਈ ਕਦਮ ਚੁੱਕਣਾ ਚਾਹੀਦਾ, ਤੁਹਾਨੂੰ ਹੌਸਲਾ ਦਿਖਾਉਣਾ ਚਾਹੀਦਾ, ਅਤੇ ਇਸ ਬਾਣੀ ਨੂੰ ਇੱਕ ਪਰਿਵਾਰ ਦੇ ਕੋਲ ਆਜ਼ਾਦ ਕਰਾਓ, ਬਾਣੀ ਘਰ ਘਰ ਪਹੁੰਚੇ, ਜਿਹੜਾ ਵੀ ਚੈਨਲ ਸੇਵਾ ਕਰਨੀ ਚਾਹੁੰਦਾ ਉਹਨੂੰ ਸੇਵਾ ਕਰਨ ਦਾ ਮੌਕਾ ਦਿਓ। ਤੁਹਾਨੂੰ ਕੀ ਲੱਗਦਾ ਕਿ ਕੋਈ ਹੋਰ ਚੈਨਲ ਜਿਹੜੇ ਨੇ ਉਹ ਕੋਈ ਸੇਵਾ ਦੇ ਵਾਸਤੇ ਪੁੱਟ ਅਪ ਹੋ ਰਹੇ ਨੇ, ਜਾਂ ਤੁਹਾਡੀ ਨੌਲੇਜ ਕੋਈ ਇਸ ਢੰਗ ਦੀ ਕੋਈ ਜਾਣਕਾਰੀ? ਬੜੇ ਚੈਨਲ, ਜਿਹੜਾ ਇਹ ਵੀ ਚੈਨਲ ਹੈ ਜੀ, ਜਿਹੜਾ ਇਹ ਸਾਈਨ ਹੋਇਆ PTC ਵਾਲਾ, ਬੀਬੀ ਜਗੀਰ ਕੌਰ ਤਾਂ ਤਾਰਾ ਚੈਨਲ ਨਾਲ ਐਗਰੀਮੈਂਟ ਕਰਨਾ ਚਾਹੁੰਦੀ ਸੀਗੀ ਜੀ, ਇੰਡੀਅਨ ਐਕਸਪ੍ਰੈਸ ਵਾਲਿਆਂ ਦਾ ਸੀਗਾ, ਪਰ ਬਾਦਲ ਸਾਹਿਬ ਨੇ ਖੀਰਲੇ ਨੂੰ ਆਖਿਆ ਖਬਰਦਾਰ ਇਹ ਨਹੀਂ ਕਰਨਾ, ਸਾਡੇ ਚੈਨਲ ਨਾਲ ਕਰਨਾ, ਤਾਂ ਫਿਰ ਉਹ PTC ਨਾਲ ਅਧਿਕਾਰ ਹੋਇਆ। ਸਾਰੇ ਹੀ ਚੈਨਲ ਮੇਰੇ ਖਿਆਲ 'ਚ ਮੰਗਦੇ ਨੇ, ਪਰ ਉਹਨਾਂ ਨੂੰ ਮੌਕਾ ਦੇਣ। ਬਿਲਕੁਲ, ਇਹ ਅਸੀਂ ਵੀ ਸੰਗਤ TV ਵੱਲੋਂ ਕਈ ਵਾਰ ਇਸ ਗੱਲ ਦੇ ਵਾਸਤੇ ਟ੍ਰਸਟੀ ਸਾਹਿਬਾਨ ਨੇ ਕੋਸ਼ਿਸ਼ ਕੀਤੀ, ਮਿਲੇ ਵੀ ਜਾ ਕੇ ਉੱਚ ਅਧਿਕਾਰੀਆਂ ਨੂੰ, ਪਰ ਉੱਥੇ ਇਸ ਰੂਪ ਦੇ ਵਿੱਚ ਜਿਹੜਾ ਮਾਹੌਲ ਟਾਈਟ ਕਰ ਦਿੱਤਾ ਜਾਂਦਾ ਕਿ ਪਹਿਲਾਂ ਤਾਂ ਮੰਜੀ ਸਾਹਿਬ ਹੀ ਨਹੀਂ ਸੀ ਦੂਸਰੇ ਚੈਨਲ ਨੂੰ ਕੋਈ ਟੈਲੀਕਾਸਟ ਕਰਨ ਦਿੱਤਾ ਜਾਂਦਾ, ਪਰ ਹੁਣ ਉੱਥੇ ਤੱਕ ਚਲੋ ਅਸੀਂ ਜਾ ਕੇ ਟੈਲੀਕਾਸਟ ਕਰ ਪਾਉਂਦੇ ਹਾਂ। ਪਰ ਇਹ ਗੱਲ ਬਹੁਤ ਅਹਿਮੀਅਤ ਰੱਖਦੀ ਹੈ, ਕਿਉਂਕਿ ਜਿਸ ਢੰਗ ਦੇ ਨਾਲ ਬਾਜਵਾ ਸਾਹਿਬ ਤੁਸੀਂ ਇਹ ਇਸ਼ੂ ਲੈ ਕੇ ਚੱਲੇ ਹੋ, ਤੁਹਾਨੂੰ ਕੀ ਲੱਗਦਾ ਕਿ ਇਹਦਾ ਕੋਈ ਅਸਰ ਦਿਖੇਗਾ? ਕਿਉਂਕਿ ਜਿਹੜਾ ਉਹਨਾਂ ਦਾ ਜਥੇਦਾਰ ਸਾਹਿਬ ਦਾ ਕਮੈਂਟ ਆਇਆ, ਉਹ ਕਹਿੰਦੇ ਕਿ ਸਾਨੂੰ ਇਸ ਗੱਲ ਨਾਲ ਕੋਈ ਬਹੁਤਾ ਬਹੁਤ ਵਾਸਤਾ ਨਹੀਂ, ਵੀ ਕੌਣ ਕਰਦਾ ਪਿਆ, ਸਾਡਾ ਸਿਰਫ ਇਹ ਆ ਕਿ ਇੱਥੋਂ ਦੀ ਗੁਰਬਾਣੀ ਘਰ ਘਰ ਪਹੁੰਚਣੀ ਚਾਹੀਦੀ। ਮੈਂ ਜਥੇਦਾਰ ਸਾਹਿਬ ਦੀ ਸ਼ਖਸੀਅਤ 'ਤੇ ਕੁਛ ਨਹੀਂ ਬੋਲਣਾ ਚਾਹੁੰਦਾ, ਸਤਿਕਾਰ ਆ ਉਹਨਾਂ ਦਾ ਮੇਰੇ ਮਨ 'ਚ, ਪਰ ਪਿਛਲੇ ਜੋ ਜਥੇਦਾਰਾਂ ਦਾ ਸਿਸਟਮ ਚੱਲਦਾ ਰਿਹਾ ਉਹੀ ਪਰਿਵਾਰ ਨਿਯੁਕਤ ਕਰਦਾ, ਅਤੇ ਬਹੁਤੀ ਆਸ ਨਹੀਂ ਰੱਖਣੀ ਚਾਹੀਦੀ। ਪਰ ਮੈਂ ਚਾਹੁੰਦਾ ਵੀ ਦੁਨੀਆ ਭਰ ਦੀ ਜੋ ਪੰਜਾਬੀ ਸੰਗਤ ਆ ਜਿਹੜੇ ਇਸ ਬਾਣੀ 'ਚ ਵਿਸ਼ਵਾਸ ਰੱਖਦੇ ਨੇ, ਜਿਹੜੇ ਇਸ ਬਾਣੀ 'ਚ ਆਸਥਾ ਰੱਖਦੇ ਨੇ, ਉਹਨਾਂ ਸਾਰਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਤਾਂ ਜੋ SGPC ਮਜਬੂਰ ਹੋ ਜਾਵੇ ਇਸ ਬਾਣੀ ਨੂੰ ਆਜ਼ਾਦ ਕਰ ਲਈ, ਅਤੇ ਸਾਰੇ ਚੈਨਲ ਜੋ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਸੇਵਾ ਕਰਨ ਦਾ ਮੌਕਾ ਮਿਲੇ, ਤਾਂ ਜੋ ਬਾਣੀ ਦੁਨੀਆ ਦੀ ਹਰ ਨੁੱਕਰ 'ਚ ਪਹੁੰਚੇ, ਹਰ ਘਰ 'ਚ ਇਸ ਬਾਣੀ ਦਾ ਚਾਨਣ ਪਹੁੰਚੇ, ਅਤੇ ਲੋਕ ਵੱਧ ਤੋਂ ਵੱਧ ਇਸ ਬਾਣੀ ਨੂੰ ਸਮਝਣ ਅਤੇ ਉਹਦੇ ਮੁਤਾਬਕ ਜ਼ਿੰਦਗੀ ਬਤੀਤ ਦੀ ਕੋਸ਼ਿਸ਼ ਕਰਨ। ਤੁਸੀਂ ਹਰ ਸਿੱਖ ਇਸ਼ੂ ਦੇ ਉੱਤੇ ਪੰਜਾਬ ਸਰਕਾਰ ਦੇ ਚਿਹਰੇ ਦੇ ਰੂਪ ਵਿੱਚ ਵਿਚਰਦੇ ਹੋ, ਜਾਂਦੇ ਹੋ। ਇੱਕ ਹੋਰ ਸੈਸ਼ਨ ਤੁਹਾਡੀ ਸਰਕਾਰ ਦੇ ਦੌਰਾਨ ਹੋਇਆ ਸੀ, ਉਹ ਵੀ ਬੜਾ ਇੱਕ ਬਹੁਤ ਹੀ ਨਾਜ਼ੁਕ, ਮੈਂ ਸਮਝਦਾ ਕਿ ਉਹਦੇ ਨਾਲ ਵੀ ਹਰ ਸਿੱਖ ਦਾ ਹਿਰਦਾ ਬਲੂੰਦ ਰਿਹਾ ਹੋਇਆ। ਬਰਗਾੜੀ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਜਦੋਂ ਤੁਸੀਂ ਚੋਣਾਂ ਲੜੀਆਂ, ਇੱਕ ਬਹੁਤ ਅਹਿਮ ਵੱਡਾ ਇਸ਼ੂ ਸੀ। ਉਸ ਤੋਂ ਬਾਅਦ ਤੁਸੀਂ ਫਿਰ ਇੱਕ ਸੈਸ਼ਨ ਬੁਲਾ ਕੇ ਉਹਦੇ 'ਚ ਵੀ ਸਾਰਾ ਇਹ ਡਿਸਕਸ ਕੀਤਾ ਸੀ, ਪਰ ਉਸ ਤੋਂ ਬਾਅਦ ਇਵੇਂ ਲੱਗ ਰਿਹਾ ਕਿ ਸੰਗਤਾਂ ਮਹਿਸੂਸ ਕਰਦੀਆਂ ਦੇਸ਼ ਵਿਦੇਸ਼ 'ਚ ਕਿ ਉਹ ਚੀਜ਼ ਲੱਗਦਾ ਕੋਈ ਠੰਡੇ ਬਸਤੇ 'ਚ ਚਲੀ ਗਈ ਹੈ, ਜਾਂ ਉਹਦੇ 'ਤੇ ਕੋਈ ਪੂਰੀ ਕਾਰਵਾਈ ਇਸ ਵਕਤ ਨਹੀਂ। ਠੰਡੇ ਬਸਤੇ 'ਚ ਨਹੀਂ ਗਈ,
ਅਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹਾਂ, ਪਰ ਨਾਲ ਨਾਲ ਹਾਈ ਕੋਰਟ, ਸੁਪਰੀਮ ਕੋਰਟ, ਕਾਨੂੰਨ ਦੀ ਵੀ ਵੱਲ ਦੇਖਣਾ ਪੈਂਦਾ। ਪਰ ਅਸੀਂ ਡਿਟਰਮਿੰਡ ਹਾਂ ਜਿਨ੍ਹਾਂ ਦੇ ਖਿਲਾਫ਼ ਵੀ ਸਬੂਤ ਮਿਲੇਗਾ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ, ਭਾਵੇਂ ਉਹ ਕਿਸੇ ਲੈਵਲ ਦਾ ਇਨਸਾਨ ਹੈ, ਉਹਨੂੰ ਬਖਸ਼ਿਆ ਨਹੀਂ ਜਾਏਗਾ। ਪ੍ਰੋਵਾਈਡਡ ਕੋਈ ਐਵੀਡੈਂਸ ਸਾਨੂੰ ਉਹਦੇ ਖਿਲਾਫ਼ ਲੱਭੇ, ਅਸੀਂ ਨਹੀਂ ਬਖਸ਼ਾਂਗੇ। ਜਿਹੜਾ ਇੱਕ ਇਹ ਵੀ ਲੋਕਾਂ ਦੇ ਵਿੱਚ ਆਮ 'ਚ ਆਵਾਜ਼ ਚਲੀ ਗਈ ਹੋਈ ਹੈ ਪਿਛਲੇ ਕੁਛ ਸਮੇਂ ਤੋਂ ਕਿ ਸ਼ਾਇਦ ਸਰਕਾਰ ਦੇ ਜਿਹੜੇ ਲੀਡ ਕਰਦੇ ਪਏ ਨੇ ਮੁੱਖ ਮੰਤਰੀ ਸਾਹਿਬ, ਉਹਨਾਂ ਦੀ ਬਾਦਲ ਪਰਿਵਾਰ ਦੇ ਨਾਲ ਥੋੜ੍ਹਾ ਜਿਹਾ ਜਿਵੇਂ ਕਹਿੰਦੇ ਨਰਮ ਰਵੱਈਆ ਚੱਲਦਾ ਪਿਆ। ਨਹੀਂ, ਇਹ ਇੱਕ ਐਵੇਂ ਪ੍ਰਚਾਰ ਆ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਸਿਰਫ ਇਹ ਆ ਵੀ ਸਰਕਾਰ 'ਚ ਬਹਿ ਕੇ ਕੁਝ ਬੰਦਿਸ਼ਾਂ ਹੁੰਦੀਆਂ ਕਾਨੂੰਨ ਦੀਆਂ, ਹਰ ਗੱਲ ਹਾਈ ਕੋਰਟ ਜਾਂਦੀ ਆ, ਹਰ ਗੱਲ ਸੁਪਰੀਮ ਕੋਰਟ ਜਾਂਦੀ ਆ। ਉਸ ਨੂੰ ਦੇਖਦੇ ਹੋਇਆ ਥੋੜ੍ਹਾ ਜਿਹਾ ਪੱਕੇ ਪੈਰੀ ਕਦਮ ਚੁੱਕਣਾ ਚਾਹੁੰਦੇ ਹਾਂ ਅਤੇ ਲੱਗੇ ਹੋਏ ਹਾਂ, ਅਕਾਲ ਪੁਰਖ ਠੀਕ ਕਰੇਗਾ। ਅਤੇ ਹੁਣ ਇੱਕ ਹੋਰ ਇਸ਼ੂ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਹੀ ਸੰਬੰਧਿਤ ਹੈ ਕਿ ਜਿਸ ਢੰਗ ਦੇ ਨਾਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਡਿਲੇ ਹੋ ਰਹੀਆਂ ਨੇ, ਉਸ ਚੀਜ਼ ਨੂੰ ਲੈ ਕੇ, ਕਿਉਂਕਿ ਉਹ ਵੀ ਸਰਕਾਰ ਦੇ ਨਾਲ ਸੰਬੰਧਿਤ ਮਹਿਕਮਾ, ਚਾਹੇ ਕੇਂਦਰ ਦਾ, ਪਰ ਮੈਨੂੰ ਲੱਗਦਾ ਕਿ ਪੰਜਾਬ ਸਰਕਾਰ ਵੀ ਉਹਦੇ ਵਿੱਚ ਕੋਈ ਆਪਣਾ ਇਨੀਸ਼ੀਏਟਿਵ ਜਿਹੜਾ ਵਾ ਨਹੀਂ ਕਰੇ। ਅਸੀਂ ਬਹੁਤ ਵਾਰੀ ਕਹਿ ਚੁੱਕੇ ਹਾਂ ਵੀ ਇਲੈਕਸ਼ਨਾਂ ਕਰਾਓ, ਪਰ ਬਾਦਲ ਪਰਿਵਾਰ ਨਹੀਂ ਚਾਹੁੰਦਾ ਵੀ ਪੰਜਾਬ 'ਚ SGPC ਦੀਆਂ ਇਲੈਕਸ਼ਨਾਂ ਹੋਣ। ਬੀਬੀ ਹਰਸਿਮਰਤ ਉੱਥੇ ਰੋਲ ਅਦਾ ਕਰ ਰਹੀ ਆ। ਇਲੈਕਸ਼ਨਾਂ SGPC ਦੀਆਂ ਹੋਣੀਆਂ ਨੇ, ਸੈਂਟਰ ਸਰਕਾਰ, ਗਵਰਨਮੈਂਟ ਆਫ ਇੰਡੀਆ ਦੇ ਹੋਮ ਮਿਨਿਸਟਰ ਨੇ ਕਰਾਉਣੀਆਂ ਨੇ। ਸੋ ਉਹ ਸਾਡੀ ਪੰਜਾਬ ਸਰਕਾਰ ਦੀ ਗੱਲ ਨਹੀਂ ਸੁਣ ਰਹੇ, ਪਰ ਅਸੀਂ ਚਾਹੁੰਦੇ ਹਾਂ ਵੀ ਇਲੈਕਸ਼ਨਾਂ ਛੇਤੀ ਛੇਤੀ ਹੋਣ, ਤੋ ਨਵੇਂ ਸਿਰੋਂ ਨਵੀਂ ਕਮੇਟੀ ਬਣੇ ਅਤੇ ਉਹ ਇਹੋ ਜਿਹੇ ਚੰਗੇ ਫੈਸਲਾ ਲਵੇ। ਆਮ ਤੌਰ 'ਤੇ ਜਿਹੜੀ ਵੀ ਪਾਰਟੀ ਜਾਂ ਜਿਹੜਾ ਵੀ ਧੜਾ ਬਾਦਲ ਪਰਿਵਾਰ ਦੇ ਖਿਲਾਫ਼ ਉਹ ਖੜਾ ਹੁੰਦਾ, ਹੁਣ ਵੀ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਬਹੁਤ ਸਾਰੇ ਜਿੱਦਾਂ ਢੀਂਗਸਾ ਸਾਹਿਬ ਜਾਂ ਹੋਰ ਸਾਰੇ ਉਹ ਇੱਕ ਉਹਨਾਂ ਨੇ ਗਰੁੱਪ ਉੱਧਰ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸੋ ਸਾਰੇ ਜਦੋਂ ਵੀ ਕੋਈ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਕਾਂਗਰਸ ਦੀ ਬੀ ਟੀਮ ਹੈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਤਾਂ ਇੱਕ ਪ੍ਰਚਾਰ ਆ। ਸਾਰੇ ਵੱਡੇ ਅਕਾਲੀ ਪਹਿਲਾਂ ਕਾਂਗਰਸ 'ਚ ਹੀ ਹੁੰਦੇ ਸੀ, ਬਾਦਲ ਸਾਹਿਬ ਆਪ ਕਾਂਗਰਸ 'ਚੋਂ ਗਏ ਨੇ। ਇਹ ਇੱਕ ਪ੍ਰਚਾਰ ਕਰਨ ਦਾ ਤਰੀਕਾ ਵਾ, ਭਾਵੇਂ ਕਿਸੇ ਨੂੰ ਬਦਨਾਮ ਕਰਨ ਦਾ ਤਰੀਕਾ ਵਾ। ਜਿੰਨੀ ਦੇਰ ਤੱਕ ਢੀਂਡਸਾ ਸਾਹਿਬ ਇਹਨਾਂ ਦੇ ਨਾਲ ਰਹੇ, ਉਦੋਂ ਤੱਕ ਬਹੁਤ ਚੰਗੇ ਰਹੇ। ਅੱਜ ਜੇ ਉਹ ਇਹਨਾਂ ਦੇ ਖਿਲਾਫ਼ ਗੱਲਾਂ ਕਰਨ ਲੱਗ ਪਏ ਤਾਂ ਕਾਂਗਰਸ ਦੀ ਬੀ ਟੀਮ ਬਣ ਗਿਆ। ਇਹ ਕਿਤੇ ਕਾਂਗਰਸ ਖੁੱਲ੍ਹ ਕੇ ਸ਼੍ਰੋਮਣੀ ਕਮੇਟੀ ਦੇ ਵਿੱਚ ਮੈਦਾਨ 'ਚ ਆ ਸਕਦੀ ਕੋਈ ਇੱਦਾਂ ਦਾ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਰ ਜਿਹੜਾ ਵੀ ਚੰਗਾ ਇਨਸਾਨ ਹੋਏਗਾ ਅਸੀਂ ਉਹਦੀ ਮਦਦ ਕਰਾਂਗੇ ਆਪਣੇ ਇਲਾਕਿਆਂ 'ਚ, ਤਾਂ ਜੋ ਜਿਹੜਾ SGPC ਨੂੰ ਜੋ ਕਰਪਸ਼ਨ ਉੱਥੇ ਫੈਲੀ ਹੋਈ ਹੈ, ਜੋ ਗਲਤ ਗੱਲਾਂ ਉੱਥੇ ਹੋ ਰਹੀਆਂ ਨੇ, ਉਹਨਾਂ ਨੂੰ ਠੀਕ ਕਰਨ ਲਈ ਹਰ ਚੰਗੇ ਇਨਸਾਨ ਦੀ ਮਦਦ ਕਰਾਂਗੇ। ਅਤੇ ਧਾਰਮਿਕ ਤੌਰ ਦੇ ਉੱਤੇ ਹੁਣ 550 ਸਾਲਾਂ ਮੌਕੇ ਪੰਜਾਬ ਸਰਕਾਰ ਨੇ ਬਹੁਤ ਕੁਛ ਕੀਤਾ, ਡੇਰਾ ਬਾਬਾ ਨਾਨਕ ਦੀ ਚਾਹੇ ਗੱਲ ਕਰ ਲਈਏ, ਚਾਹੇ ਆਪਾਂ ਸੁਲਤਾਨ ਗੁਰੂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਸਾਰੇ ਪ੍ਰਬੰਧ ਕੀਤੇ ਗਏ। ਕੀ ਪੰਜਾਬ ਦੇ ਵਿੱਚ ਕਾਂਗਰਸ ਥੋੜ੍ਹਾ ਆਪਣਾ ਚਿਹਰਾ ਸਿੱਖ ਰੰਗਤ ਦੇ ਵਿੱਚ ਰੰਗ ਰਹੀ ਹੈ? ਨਹੀਂ, ਸਿੱਖ ਸੰਗ ਰੰਗਤ ਦੀ ਗੱਲ ਨਹੀਂ ਹੈਗੀ। ਕੈਪਟਨ ਸਾਹਿਬ ਦੀ ਵਧੀਆ ਸੋਚ ਸਦਕਾ ਉਹ ਜੀ ਗੁਰੂਆਂ ਦੇ ਉਹ ਨਾਲ ਉਹਨਾਂ ਦਾ ਪਿਆਰ ਆ, ਗੁਰੂਆਂ ਦੀ ਉਹਨਾਂ 'ਤੇ ਮਿਹਰ ਆ। ਹੁਕਮਨਾਮੇ ਵੀ ਗੁਰੂ ਸਾਹਿਬਾਨਾਂ ਦੇ ਇਸ ਪਰਿਵਾਰ ਲਈ ਜਾਰੀ ਹੋਏ ਹੋਏ ਨੇ। ਸੋ ਆਪਣੀ ਡਿਊਟੀ ਸਮਝਦਿਆਂ ਹੋਇਆਂ ਬਾਬੇ ਨਾਨਕ ਜੀ ਦਾ ਜਿਹੜਾ 550 ਸਾਲਾ ਤਿਉਹਾਰ ਸੀ, ਉਹਨਾਂ ਬੜੇ ਵਧੀਆ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਆ। ਜੋ ਵੱਧ ਤੋਂ ਵੱਧ ਹੋ ਸਕਦਾ ਸੀ ਉਹਨਾਂ ਕੀਤਾ, ਸ਼ਾਇਦ ਕਮੀਆਂ ਵੀ ਰਹਿ ਗਈਆਂ ਹੁਣ,
ਪਰ ਬੜੇ ਸਿੰਸੈਰਿਟੀ ਨਾਲ ਉਹਨਾਂ ਸੁਲਤਾਨਪੁਰ ਲੋਧੀ ਡੇਰ ਬਾਬਾ ਨਾਨਕ ਫੰਕਸ਼ਨ ਕੀਤੇ ਨੇ ਜੀ। ਸੋ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਉਹਨਾਂ ਬਹੁਤ ਸੋਹਣੇ ਫੰਕਸ਼ਨ ਕੀਤੇ। ਅਤੇ ਆਉਂਦੇ ਸਮੇਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਸ਼ਹੀਦੀ ਦਿਹਾੜਾ ਜਿਹੜਾ ਉਹਦੀ ਵੀ ਸ਼ਤਾਬਦੀ ਆਉਣ ਵਾਲੀ ਹੈ। ਹਾਂਜੀ, ਉਹਦੇ ਪਰ ਥਾਏ ਵੀ ਕੋਈ ਪਲੈਨਿੰਗ ਕੋਈ ਸਰਕਾਰ ਵੱਲੋਂ? ਸਾਡੀ ਥੋੜ੍ਹੀ ਜਿਹੀ ਬਦਕਿਸਮਤੀ ਹੈ ਵੀ ਸੈਂਟਰ ਸਰਕਾਰ ਸਾਨੂੰ ਇਹਨਾਂ ਫੰਕਸ਼ਨਾਂ 'ਤੇ ਮਦਦ ਨਹੀਂ ਕਰ ਰਹੀ। ਐਤਕਾਂ ਬਜਟ ਵਿੱਚ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਜਨਮ ਦਿਨ ਆ ਰਿਹਾ, ਕੋਈ ਬਜਟ 'ਚ ਪ੍ਰੋਵੀਜ਼ਨ ਨਹੀਂ ਕੀਤੀ। ਸੋ ਬਾਬਾ ਨਾਨਕ ਜੀ ਦੇ ਫੰਕਸ਼ਨ 'ਤੇ ਵੀ ਬਹੁਤ ਖੁੱਲ੍ਹ ਕੇ ਉਹਨਾਂ ਸਾਥ ਨਹੀਂ ਦਿੱਤਾ। ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਦੇ ਤੌਰ 'ਤੇ ਮੰਨੇ ਜਾਂਦੇ ਨੇ, ਤਾਂ ਮੇਰਾ ਖਿਆਲ ਆ ਵੀ ਦਿੱਲੀ ਸਰਕਾਰ ਨੂੰ ਖੁੱਲ੍ਹ ਕੇ ਉਹਨਾਂ ਦੇ ਇਸ ਫੰਕਸ਼ਨ ਮਨਾਉਣ ਲਈ ਖੁੱਲ੍ਹ ਕੇ ਸਾਡੀ ਮਦਦ ਕਰਨੀ ਚਾਹੀਦੀ ਹੈ, ਅਤੇ ਉਹਨਾਂ ਦੇ ਨਾਂ 'ਤੇ ਜਿਹੜੇ ਚੰਗੇ ਕੰਮ ਨੇ ਖੁੱਲ੍ਹਣੇ ਚਾਹੀਦੇ ਨੇ। ਪਹਿਲੀ ਗੱਲ ਤਾਂ ਵੀ ਗੁਰੂ ਬਾਬੇ ਬਕਾਲੇ ਤੋਂ ਲੈ ਕੇ ਵਾਇਆ ਬਟਾਲਾ ਡੇਰ ਬਾਬਾ ਨਾਨਕ ਤੱਕ 4-lane ਸੜਕ ਜਿਹੜੀ ਆ ਸੈਂਟਰ ਸਰਕਾਰ ਨੂੰ ਮਨਜ਼ੂਰ ਕਰਨੀ ਚਾਹੀਦੀ ਹੈ, ਜਿਹੜਾ ਗੁਰੂ ਤੇਗ ਬਹਾਦਰ ਜੀ ਦੇ ਨਾਂ 'ਤੇ ਹੋਵੇ। ਇਸ ਤਰ੍ਹਾਂ ਦੇ ਹੋਰ ਕਈ ਜਿਹੜੇ ਕੰਮ ਨੇ ਕਰਨ ਵਾਲੇ ਨੇ ਸੈਂਟਰ ਸਰਕਾਰ ਨੂੰ। ਐਲਾਨ ਵੀ ਕੀਤਾ ਗਿਆ ਸੀ ਜਦੋਂ ਉੱਧਰ ਕੋਰੀਡੋਰ ਦੀ ਆਰੰਭ। ਹਾਂਜੀ, ਐਲਾਨ ਕੀਤਾ ਗਿਆ ਸੀ, ਫਿਰ ਉਹ ਫਿਰ ਬੀਬੀ ਫਿਰ ਨੇ ਬੀਬੀ ਹਰਸਿਮਰਤ ਫਿਰ ਉਹਦਾ ਰੂਟ ਚੇਂਜ ਕਰਾ ਗਈ, ਉਹ ਦੂਜੇ ਪਾਸੇ ਲੈ ਗਈ, ਕਿਉਂਕਿ ਉਹ ਸੋਚਦੇ ਸੀ ਵੀ ਕੈਪਟਨ ਸਾਹਿਬ ਨੇ ਇਸ ਸੜਕ ਦਾ ਐਲਾਨ ਕੀਤਾ ਅਤੇ ਇਹ ਨਹੀਂ ਬਣਨ ਦੇਣੀ, ਫਿਰ ਸੈਂਟਰ ਸਰਕਾਰ ਵਾਲੇ ਦੂਜੇ ਪਾਸੇ ਲੈ ਗਏ ਬੀਬੀ ਹਰਸਿਮਰਤ ਦੇ ਬਾਤ ਥੱਲੇ। ਪਰ ਹੁਣ ਗੁਰੂ ਤੇਗ ਬਹਾਦਰ ਜੀ 400 ਸਾਲ ਆ ਗਿਆ, ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਾਂਗਾ ਵਿੱਚ ਬੀਬੀ ਹਰਸਿਮਰਤ ਨੂੰ, ਮੋਦੀ ਸਾਹਿਬ ਨੂੰ, ਵੀ ਇਹ ਸੜਕ ਨੂੰ ਜਿਹੜਾ ਵੀ ਗੁਰੂ ਬਾਬੇ ਬਕਾਲੇ ਤੋਂ ਲੈ ਕੇ ਡੇਰੇ ਬਾਬਾ ਨਾਨਕ ਦੇ ਤੱਕ ਇਹਨੂੰ 4-lane ਕਰ ਦੇਣਾ ਚਾਹੀਦਾ। ਅਤੇ ਸ਼ਹੀਦੀ ਜਿਵੇਂ ਕਿ ਦਿੱਲੀ ਦੇ ਵਿੱਚ ਹੋਈ ਹੈ, ਜੇ ਕੇਂਦਰ ਸਰਕਾਰ ਉਹਨਾਂ ਸਹਿਯੋਗ ਨਹੀਂ ਦੇ ਰਹੀ ਤਾਂ ਕੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਨਵੀਂ ਸਰਕਾਰ ਆਈ ਹੈ ਉਹਦੇ ਨਾਲ ਵੀ ਕੋਈ ਰਾਬਤਾ ਪੰਜਾਬ ਸਰਕਾਰ ਕਰੇਗੀ? ਹਜੇ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ, ਨਵੀਂ ਉਹ ਸਰਕਾਰ ਬਣੀ ਆ, ਕੈਪਟਨ ਸਾਹਿਬ ਸਾਰੇ ਇਸ ਬਾਰੇ ਸੋਚਣਗੇ ਅਤੇ ਜੋ ਸਮੇਂ ਮੁਤਾਬਕ ਜੋ ਕੰਮ ਹੋਣਗੇ ਕੈਪਟਨ ਸਾਹਿਬ ਕਰਨਗੇ। ਇੱਕ ਹੋਰ ਬਿਲਕੁਲ ਕਰੰਟ ਅਤੇ ਜਿਹੜਾ ਫੌਰੀ ਧਿਆਨ ਮੰਗਦਾ ਪੰਜਾਬ ਸਰਕਾਰ ਦਾ ਇੱਕ ਇਸ਼ੂ ਹੈ, ਹਰ ਸਾਲ ਹੀ ਵੈਸੇ ਤਾਂ ਉਹ ਇਸ਼ੂ ਬਣਦਾ, ਕੋਈ ਨਵਾਂ ਇਸ ਸਾਲ ਦਾ ਤਾਂ ਹੈ ਨਹੀਂ, ਜੋ ਕਿ ਗੜ੍ਹ ਸ਼ੰਕਰ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਦੀ ਰੋਡ ਹੈ, ਕਿਉਂਕਿ ਹੋਲਾ ਮਹੱਲਾ ਹੁਣ ਬਿਲਕੁਲ ਨਜ਼ਦੀਕ ਆ ਗਿਆ ਅਤੇ ਸਮਝ ਲਓ 15-20 ਦਿਨ ਬਾਅਦ ਉੱਥੇ ਬਹੁਤ ਵੱਡਾ ਇਕੱਠ ਹੋਣ ਜਾ ਰਿਹਾ, ਪਰ ਇੰਨੇ ਲੰਬੇ ਅਰਸੇ ਤੋਂ। ਹਾਂ, ਇਹ ਗੱਲ ਠੀਕ ਹੈ, ਉਹਦੇ 'ਚ ਕਨਫਿਊਜ਼ਨ ਪੈਦਾ ਹੋ ਗਿਆ। ਪਹਿਲਾਂ ਸੈਂਟਰ ਸਰਕਾਰ ਨੇ ਐਲਾਨ ਕਰ ਦਿੱਤਾ ਵੀ ਅਸੀਂ ਇਹ ਸੜਕ ਜਿਹੜੀ ਹੈ 4-lane ਕਰਨੀ ਹੈ, ਅਤੇ ਉਹਨੂੰ ਡੀਕਦਿਆਂ ਹੋਇਆ ਪੰਜਾਬ ਸਰਕਾਰ ਨੇ ਕੋਈ ਇਨੀਸ਼ੀਏਟਿਵ ਨਹੀਂ ਲਿਆ। ਹੈ, ਇਹ ਕਮੀ ਹੈਗੀ ਹੈ, ਇਹਨੂੰ ਮੰਨਦੇ ਹਾਂ, ਅਤੇ ਕੈਪਟਨ ਸਾਹਿਬ ਸੀਰੀਅਸਲੀ ਇਸ ਗੱਲ ਨੂੰ ਲੈ ਰਹੇ ਨੇ, ਛੇਤੀ ਇਹਦਾ ਫੈਸਲਾ ਹੋਏਗਾ। ਸੋ ਬਿਲਕੁਲ, ਅਸੀਂ ਬਾਜਵਾ ਸਾਹਿਬ ਦੇ ਨਾਲ ਕੁਝ ਜ਼ਰੂਰੀ ਨੁਕਤੇ ਜਿਹੜੇ ਕਿ ਸਿੱਖ ਸਾਡੇ ਸੱਭਿਆਚਾਰ ਨੂੰ, ਸਾਡੀ ਸਿੱਖ ਕੌਮ ਨੂੰ ਜਿਹੜੇ ਡੀਲ ਕਰਦੇ ਨੇ, ਕਿਉਂਕਿ ਜਿੱਥੇ ਵੀ ਕੋਈ ਮਸਲਾ ਖੜ੍ਹਾ ਹੁੰਦਾ ਸਿੱਖਾਂ ਨਾਲ ਸੰਬੰਧਿਤ, ਉੱਥੇ ਸਰਕਾਰ ਵੱਲੋਂ ਇਹ ਜਾ ਕੇ ਮਿਲ ਬੈਠ ਕੇ ਵਿਚਾਰਾਂ ਵੀ ਕਰਦੇ ਨੇ, ਜੋ ਵੀ ਡਿਸੀਜ਼ਨ ਹੁੰਦੇ ਨੇ ਇਹਨਾਂ ਦੇ ਰਾਹੀਂ ਸਰਕਾਰ ਪੇਸ਼ ਕਰਦੀ ਹੈ। ਸੋ ਅਸੀਂ ਅੱਜ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦੇ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੇ ਕਰੀਏ। ਸੋ ਉਮੀਦ ਕਰਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਵੀ ਬਾਜਵਾ ਸਾਹਿਬ ਜਿਹੜਾ ਸੌ ਸਿੱਖ ਕੌਮ ਦੀ ਜਿਹੜੇ, ਕਿਉਂਕਿ ਸਰਕਾਰਾਂ ਦੇ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਵੀ ਸ਼ਤਾਬਦੀ ਮਨਾਈ ਜਾਂਦੀ ਹੈ ਉਹਦੇ ਵਿੱਚ ਸਰਕਾਰ ਦਾ ਬੜਾ ਵੱਡਾ ਰੋਲ ਹੁੰਦਾ। ਸਰਕਾਰ ਦੇ ਰੋਲ ਨੂੰ ਅਸੀਂ ਨਕਾਰ ਨਹੀਂ ਸਕਦੇ, ਕਿਉਂਕਿ ਇਹ ਤਾਂ ਪੰਜਾਬ ਦੀ ਗੱਲ ਹੈ। ਨਿਤੀਸ਼ ਕੁਮਾਰ ਨੇ ਦੇ ਬਿਹਾਰ ਦੇ ਵਿੱਚ ਕਿੰਨੀਆਂ ਸ਼ਤਾਬਦੀਆਂ, ਇੱਕ ਸ਼ਤਾਬਦੀ ਇੱਕ ਮਨਾਈ, ਉਹਦੇ ਨਾਲ ਨਾਲ ਹੋਰ ਉਹਨਾਂ ਨੇ ਕਿੰਨੇ ਸਾਲ ਲਗਾਤਾਰ ਉਸ ਸ਼ਤਾਬਦੀ ਨੂੰ ਸਮਰਪਿਤ ਕਰਤੇ, ਅਤੇ ਹੁਣ ਗੁਰੂ ਨਾਨਕ ਸਾਹਿਬ ਦਾ ਵੀ 550 ਸਾਲਾ ਮਨਾਇਆ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਰਕਾਰਾਂ ਨੂੰ ਇੰਟਰਫੇਅਰ ਨਹੀਂ ਕਰਨਾ ਚਾਹੀਦਾ, ਬਲਕਿ
ਸਰਕਾਰਾਂ ਤੋਂ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਵਧੀਆ ਢੰਗ ਦੇ ਨਾਲ ਪ੍ਰਬੰਧ ਕੀਤੇ ਜਾ ਸਕਣ। ਹੁਣ ਜੋ 400 ਸਾਲਾ ਸ਼ਹੀਦੀ ਪੁਰਬ ਆ ਰਿਹਾ, ਇਹਦੇ ਵਾਸਤੇ ਬੜੀਆਂ ਵੱਡੀਆਂ ਉਮੀਦਾਂ ਨੇ, ਕਿਉਂਕਿ ਜਿੱਥੇ ਗੁਰੂ ਨਾਨਕ ਸਾਹਿਬ ਦਾ ਇਹ ਦਿਹਾੜਾ ਵਿਸ਼ਵ ਪੱਧਰ 'ਤੇ ਮਨਾਇਆ ਗਿਆ, ਮੈਨੂੰ ਲੱਗਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੋ 400 ਸਾਲਾ ਪ੍ਰਕਾਸ਼ ਪੁਰਬ ਆ ਰਿਹਾ, ਸੋ ਮੈਂ ਸਮਝਦਾ ਇਹ ਵੀ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਜੇ ਮਨਾਇਆ ਜਾਏ ਤਾਂ ਕੀ ਤੁਸੀਂ ਚੰਗੀ ਗੱਲ ਆ, ਚੰਗੀ ਗੱਲ ਆ, ਵੇਖਾਂਗੇ ਕੈਪਟਨ ਸਾਹਿਬ ਨਾਲ ਸਲਾਹ ਕਰਾਂਗੇ। ਕੈਪਟਨ ਸਾਹਿਬ ਸਾਥ ਤੋਂ ਕਿਤੇ ਸਿਆਣੇ ਨੇ, ਉਹਨਾਂ ਸਾਰਾ ਪ੍ਰੋਗਰਾਮ ਸੋਚਿਆ ਹੋਇਆ, ਫਿਰ ਵੀ ਅਕਾਲ ਪੁਰਖ ਦੀ ਕਿਰਪਾ ਨਾਲ ਸਾਰਾ ਪ੍ਰੋਗਰਾਮ ਵਧੀਆ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਤੁਹਾਡਾ। ਸੋ ਅਸੀਂ ਆਪ ਸੰਗਤਾਂ ਦਾ ਧਿਆਨ ਇਹਨਾਂ ਨੁਕਤਿਆਂ ਵੱਲ ਦਵਾਇਆ, ਸੋ ਫਤਿਹ ਅਰਜ਼ ਕਰਦੇ ਅੱਗੇ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।